ਮੈਂ ਬੀਏ ਐਲਐਲਬੀ ਕੀਤੀ ਹੋਈ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਐਲਐਲਬੀ ਮਤਲਬ ਵੀ ਲਾਅ ਕੀਤੀ ਹੋਈ ਆ 5 ਇਅਰ ਲਾਅ ਹੁੰਦੀ ਆ ਪਲੱਸ 2 ਤੋਂ ਬਸ ਇਦਾਂ ਹੀ ਹੁੰਦੀ ਆ ਤੇ ਹੁਣ ਮੈਂ ਡੇਰੀ ਫਾਰਮ ਚਲਾ ਰਿਹਾ ਲਾਈਕ ਮਤਲਬ ਵੀ ਫਾਰਮਿੰਗ ਕਰਦੇ ਆ ਖੇਤੀਬਾੜੀ ਕਰਦੇ ਆ ਆਪਾਂ ਤੇ ਆਪਣਾ ਮਤਲਬ ਵੀ ਵੈਸੇ ਸਟਾਰਟਿੰਗ ਤੋਂ ਫੈਮਿਲੀ ਦਾ ਬਿਜ਼ਨਸ ਜਿਹੜਾ ਸੀਗਾ ਖੇਤੀਬਾੜੀ ਸੀਗਾ ਫਰ ਸਭ ਮੇਰੇ ਖੇਤੀਬਾੜੀ ਕਰਦੇ ਨੇ ਦਾਦਾ ਜੀ ਖੇਤੀਬਾੜੀ ਕਰਦੇ ਸੀਗੇ ਤੇ ਮਤਲਬ ਵੀ ਮੈਂ ਲਾਅ ਕੀਤੀ ਫਿਰ ਵੀ ਲਾਅ ਕਰਕੇ ਵਾਪਸ ਇੱਧਰ ਆ ਗਿਆ ਫਾਰਮਿੰਗ ਵੱਲ ਆ ਗਿਆ ਡੇਰੀ ਫਾਰਮਿੰਗ ਵੱਲ ਆ ਗਿਆ ਤੇ ਮੈਂ ਲਾਅ ਚ ਕਰੀਅਰ ਕਿਉਂ ਨਹੀਂ ਪਰਸਿਊ ਕੀਤਾ ਲਾਈਕ ਲਾਅ ਕਰਕੇ ਉਸ ਤੋਂ ਬਾਅਦ ਕੋਈ ਪੇਪਰ ਕਿਉਂ ਨਹੀਂ ਦਿੱਤੇ ਜਾਂ ਪ੍ਰੈਕਟਿਸ ਕਰਨੀ ਕਿਉਂ ਨਹੀਂ ਸਟਾਰਟ ਕੀਤੀ ਵਕੀਲ ਕਿਉਂ ਨਹੀਂ ਬਣਿਆ ਲਾਇਰ ਕਿਉਂ ਨਹੀਂ ਬਣਿਆ ਡੇਰੀ ਫਾਰਮ ਕਿਉਂ ਚੂਜ਼ ਕੀਤਾ ਤਾਂ ਮੈਂ ਤੁਹਾਨੂੰ ਦੱਸਦਾ ਵੀ ਨਾ ਮੇਰਾ ਇਹ ਮੰਨਣਾ ਵੀ ਜ਼ਿੰਦਗੀ 'ਚ ਸਭ ਤੋਂ ਪਹਿਲਾਂ ਆਪਾਂ ਖੁਸ਼ ਹੋਣੇ ਚਾਹੀਦੇ ਆ ਠੀਕ ਆ ਤੇ ਜਿਹੜਾ ਕੰਮ ਆਪਾਂ ਪੂਰੀ ਜ਼ਿੰਦਗੀ ਕਰਨਾ ਦਾ ਆਪਣੀ ਪੂਰੀ ਜ਼ਿੰਦਗੀ ਕਰਨਾ ਜੇ ਉਹ ਕੰਮ ਕਰਦੇ ਹੋਏ ਆਪਾਂ ਖੁਸ਼ ਨਹੀਂ ਹੈਗੇ ਨਾ ਤਾਂ ਆਪਣੀ ਲਾਈਫ ਇੱਕ ਵਧੀਆ ਲਾਈਫ ਨਹੀਂ ਬਣ ਸਕਦੀ ਜੇ ਤੁਹਾਨੂੰ ਆਪਣੀ ਜੌਬ ਨਾਲ ਨਫ਼ਰਤ ਆ ਜਾਂ ਜੌਬ ਤੇ ਤੁਸੀਂ ਮਨ ਮਾਰ ਕੇ ਜਾਂਦੇ ਹੋ ਅੱਕ ਕੇ ਜਾਂਦੇ ਹੋ ਬਹੁਤ ਮਤਲਬੀ ਦਿਲ ਜਕ ਟਕੇ ਜਾਂਦੇ ਹੁੰਦਾ ਤੇ ਉਹ ਕੰਮ ਤੁਸੀਂ 40 50 60 ਸਾਲ ਕਰ ਰਹੇ ਹੋ ਆਪਣੀ ਜ਼ਿੰਦਗੀ ਤੇ ਫਿਰ ਯਾਰ ਆਪਾਂ ਇੱਕ ਹੈਪੀ ਲਾਈਫ ਕਿਵੇਂ ਬਣਾ ਸਕਦੇ ਆ ਕਿਵੇਂ ਐਕਸਪੈਕਟ ਕਰ ਸਕਦੇ ਆ ਵੀ ਆਪਾਂ ਇੱਕ ਖੁਸ਼ ਜ਼ਿੰਦਗੀ ਜੀਣ ਲਾਂਗੇ ਤੇ ਉਹੀ ਆ ਵੀ ਉਹ ਕੰਮ ਕਰਨਾ ਚਾਹੀਦਾ ਜਿਹੜੇ ਕੰਮ 'ਚ ਆਪਾਂ ਖੁਸ਼ ਹੋਈਏ ਇਹ ਜਿਹੜਾ ਕੰਮ ਆਪਾਂ ਨੂੰ ਆਪਣੇ ਸੁਪਨਿਆਂ ਵੱਲ ਲੈ ਕੇ ਜਾਵੇ ਤੁਹਾਨੂੰ ਜਿਹਹੀ ਜੀ ਲਾਈਫ ਚਾਹੀਦੀ ਆ ਉਹਦੇ ਵੱਲ ਲੈ ਕੇ ਜਾਵੇ ਠੀਕ ਆ ਦੋਨੋਂ ਚੀਜ਼ਾਂ ਨੇ ਆਪਣੇ ਸੁਪਨਿਆਂ ਵੱਲ ਵੀ ਲੈ ਕੇ ਜਾਣਾ ਚਾਹੀਦਾ ਉਹ ਕੰਮ ਨੂੰ ਤੇ ਉਹ ਕੰਮ ਕਰਦੇ ਹੋਏ ਆਪਾਂ ਇੰਨੇ ਦੁਖੀ ਵੀ ਨਹੀਂ ਹੋਣੇ ਚਾਹੀਦੇ ਨੇ ਫਰਸਟ੍ਰੇਟਿਡ ਵੀ ਨਹੀਂ ਹੋਣੇ ਚਾਹੀਦੇ ਉਹ ਕੰਮ ਕਰਦੇ ਹੋਏ ਆਪਾਂ ਖੁਸ਼ ਹੋਣੇ ਚਾਹੀਦੇ ਆ ਵੀ ਉਹ ਕੰਮ ਆਪਾਂ ਨੂੰ ਬੋਝ ਨਾ ਲੱਗੇ ਠੀਕ ਹੈ ਤਾਂ ਲਾਅ ਨਾ ਮੈਨੂੰ ਸਟਾਰਟਿੰਗ ਤੋਂ ਨਹੀਂ ਪਸੰਦ ਸੀਗੀ ਲਾਈਕ ਤਾਂ ਮੈਂ ਲਾਅ ਕਿੱਤੀ ਕਿਉਂ ਯਰ ਟਿਪਿਕਲੀ ਆਪਣੇ ਫੈਮਿਲੀਆਂ ਚ ਆਇ ਹੁੰਦਾ ਜੇ ਆਪਣੇ ਫੈਮਿਲੀ ਚ ਕੋਈ ਵੀ ਇੱਕ ਮੈਂਬਰ ਕਿਸੇ profession ਚ ਚੱਲ ਜਾਂਦਾ ਨਾ ਤਾਂ ਆਪਾਂ ਨੂੰ ਪੂਰੀ ਫੈਮਿਲੀ ਨੂੰ ਸਿਰਫ ਉਹੀ profession ਬਾਰੇ ਪਤਾ ਹੁੰਦਾ ਤਾਂ ਮੇਰੇ ਤਾਇ ਜੀ ਜੱਜ ਨੇ ਠੀਕ ਹੈ ਜੀ ਤਾਂ ਸਾਡੀ ਫੈਮਿਲੀ ਚ ਸਾਨੂੰ ਸਿਰਫ ਲਾਅ profession ਬਾਰੇ ਹੀ ਪਤਾ ਸੀਗਾ ਤਾਂ ਛੋਟੇ ਹੁੰਦੇ ਤੋਂ ਇਹੀ ਸੀਗਾ ਵੀ ਪਲੱਸ 2 ਤੋਂ ਬਾਅਦ ਲਾਅ ਕਰਨੀ ਆ ਲਾਅ ਕਰਨੀ ਆ ਤਾਂ ਟਿਪਿਕਲੀ ਇੱਕ ਆਪਣੇ ਆਪ ਵਾਸਤੇ ਮੈਂ ਇੱਕ ਰਾਸਤਾ ਆਪ ਹੀ ਪੇਵ ਕੀਤਾ ਹੋਇਆ ਸੀਗਾ ਵੀਰ ਪਲੱਸ 2 ਕਰਕੇ ਲਾਅ ਕਰਨੀ ਆ ਫਿਰ ਜੁਡੀਸ਼ਰੀ ਦੇ ਪੇਪਰ ਦਵਾਂਗੇ ਫਿਰ ਜੱਜ ਲੱਗ ਜਾਗੇ ਠੀਕ ਹੈ ਬੜੇ ਛੋਟੇ ਹੁੰਦੇ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਆਪਾਂ ਕਰਨਾ ਕੀ ਆ ਕਈ ਵਾਰ ਆਪਾਂ ਨੂੰ 20 ਸਾਲ ਦੀ ਉਮਰ 'ਚ ਸਮਝ ਆ ਜਾਂਦਾ ਕਈ ਵਾਰ 30 ਸਾਲ ਦੀ ਉਮਰ 'ਚ ਕਈ ਵਾਰ 40 ਸਾਲ ਦੀ ਉਮਰ 'ਚ ਸਮਝ ਆਉਂਦਾ ਵੀ ਕਰਨਾ ਕੀ ਆ ਬਟ ਜਦ ਸਮਝ ਆ ਜਾਵੇ ਨਾ ਉਦੋਂ ਆਪਣਾ ਰਸਤਾ ਚੇਂਜ ਕਰ ਲਓ ਸਾਰੀ ਉਮਰ ਦੁਖੀ ਦੁਖੀ ਰਹਿ ਕੇ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਤਾਂ ਉਹੀ ਇਹ ਲੋ ਕਰਦੇ ਹੋਏ ਮੈਨੂੰ ਪਤਾ ਲੱਗਿਆ ਵੀ ਯਾਰ ਮੈਂ ਇਹ ਜੀ ਇਸੇ ਖੁਸ਼ ਨਹੀਂ ਹੈਗਾ ਠੀਕ ਹੈ ਮੈਨੂੰ ਚਾਹੀਦੀ ਇੱਕ ਬਹੁਤ ਵਧੀਆ ਲਾਈਫ ਠੀਕ ਹੈ ਇੱਕ ਵਧੀਆ ਆਰਾਮਦਾਇਕ ਪੈਸੇ ਵਾਲੀ ਲਾਈਫ ਤੇ ਜੀ 'ਚ ਮਤਲਬ ਵੀ ਵਧੀਆ ਪੈਸਾ ਹੋਵੇ ਵਧੀਆ ਆਪਣੀ ਕੰਫਰਟੇਬਲ ਜੀ ਲਾਈਫ ਹੋਵੇ ਤੇ ਸ਼ਾਂਤੀ ਜੀ ਹੋਵੇ ਜ਼ਿੰਦਗੀ ਚ ਠੀਕ ਆ ਤਾਂ ਲਾਅ ਦੇ ਫੀਲਡ ਚ ਨਾ ਅੱਗੇ ਮੈਨੂੰ ਜੌਬ ਕਰਨੀ ਨਹੀਂ ਪਸੰਦ ਮੈਨੂੰ ਇਹ ਨਹੀਂ ਵਧੀਆ ਲੱਗਦਾ ਵੀ ਮੇਰੇ ਉੱਤੇ ਕੋਈ ਬੌਸ ਹੋਵੇ ਠੀਕ ਆ ਤਾਂ ਜੇ ਮੈਂ ਜੁਡੀਸ਼ਰੀ ਪੇਪਰ ਦਿੰਦਾ ਹੋਰ ਦਿੰਦਾ ਤਾਂ ਉੱਥੇ ਵੀ ਉਹੀ ਮਤਲਬ ਆਪਾਂ ਚੀ ਚ ਜਾਂਦੇ ਜੋਬ ਵਾਲੀ ਚੀਜ਼ ਚ ਜਾਂਦੇ ਜੇ ਮੈਂ ਲਾਇਰ ਬਣਦਾ ਤਾਂ ਵੀ ਕਿਸੇ ਲਾਇਰ ਦੇ ਥੱਲੇ ਪ੍ਰੈਕਟਿਸ ਕਰਨੀ ਪੈਂਦੀ ਜਾਂ ਲਾਇਰ ਵਾਲੀ ਚੀਜ਼ ਜਿਵੇਂ ਮੈਨੂੰ ਨਹੀਂ ਪਸੰਦ ਸੀਗਾ ਵੀ ਤੁਸੀਂ ਸਾਰੀ ਉਮਰ ਫਾਈਲਾਂ ਹੀ ਚੱਕਣੀਆਂ ਨੇ ਠੀਕ ਹੈ ਸਾਰੀ ਉਮਰ ਫਾਈਲਾਂ ਪੜ੍ਹਨੀਆਂ ਨੇ ਸਾਰੀ ਉਮਰ ਥੋੜੀ ਰਿਸਰਚ ਚੱਲਦੀ ਰਹੂਗੀ ਤੇ ਮੈਨੂੰ ਉਹ ਚੀਜ਼ ਪਸੰਦ ਨਹੀਂ ਸੀਗੀ ਠੀਕ ਹੈ ਤਾਂ ਜੇ ਆਪਾਂ ਮਤਲਬ ਵੀ ਲਾ ਕਰ ਰਹੇ ਹੁੰਦੇ ਹਾਂ ਤਾਂ 50 ਵਿੱਚ ਆਪਣੀ ਇੰਟਰਨਸ਼ਿਪ ਲਗਦੀ ਹੈ ਹਾਈ ਕੋਰਟ ਲਗਦੀ ਹੈ ਤੇ ਡਿਸਟ੍ਰਿਕਟ ਕੋਰਟ ਲਗਦੀ ਹੈ ਦੋਨੋਂ ਤੇ ਤੁਹਾਨੂੰ ਇੱਕ ਲਾਇਰ ਅਸਾਈਨ ਕੀਤਾ ਜਾਂਦਾ ਉਹਦੇ ਥੱਲੇ ਤੁਸੀਂ ਇੰਟਰਨਸ਼ਿਪ ਕਰਦੇ ਹੋ ਇੰਟਰਨ ਹੁੰਦੇ ਹੋ ਕੋਰਟ ਚ ਜਾ ਕੇ ਦੇਖਿਆ ਮੈਨੂੰ ਇਹ ਚੀਜ਼ ਪਸੰਦ ਨਹੀਂ ਆਈ ਯਾਰ ਵੀ ਯਾਰ ਇਹ ਚੀਜ਼ ਮੈਂ ਆਪਣੀ ਸਾਰੀ ਲਾਈਫ ਨਹੀਂ ਕਰ ਸਕਦਾ ਵੀ ਇਹ ਫਾਈਲਾਂ ਚ ਜਾ ਕੇ ਕਦੇ ਇੱਧਰ ਘੁੰਮ ਗਏ ਕਦੇ ਇੱਧਰ ਜਾਏ ਕਦੇ ਇਹ ਕੋਰਟ ਚ ਕੇਸ ਲੱਗਿਆ ਹੋਇਆ ਕਦੇ ਇਹ ਚੋਰ ਚ ਕੇਸ ਲੱਗਿਆ ਹੋਇਆ ਵੀ ਇਹ ਚੀਜ਼ ਮੇਰੇ ਵਾਸਤੇ ਨਹੀਂ ਬਣੀ ਹੈਗੀ ਠੀਕ ਹੈ ਫਿਰ ਮੈਂ ਦੇਖਿਆ ਮੈਨੂੰ ਚਾਹੀਦਾ ਕੀ ਆ ਦੇਖੋ ਮੈਨੂੰ ਚਾਹੀਦਾ ਸੀਗਾ ਪੈਸਾ ਠੀਕ ਹੈ ਤੇ ਇਹ ਕੰਡ ਚ ਕੋਈ ਸ਼ਰਮ ਨਹੀਂ ਹੈਗੀ ਠੀਕ ਹੈ ਮੈਨੂੰ ਮਤਲਬ ਇਹ ਸਟਾਰਟਿੰਗ ਤੋਂ ਹੀ ਬਿਜ਼ਨਸ ਨਾਲ ਪਿਆਰ ਆ ਮੈਨੂੰ ਪੈਸਾ ਬਣਾਉਣ ਨਾਲ ਪਿਆਰ ਆ ਮੈਨੂੰ ਆਇਆ ਵੀ ਯਾਰ ਵਧੀਆ ਪੈਸਾ ਬਣਾਉਣਾ ਜ਼ਿੰਦਗੀ 'ਚ ਵਧੀਆ ਲਾਈਫ ਬਣਾਣੀ ਹੈ ਜ਼ਿੰਦਗੀ 'ਚ ਉਹਦੇ ਨਾਲ ਮੈਨੂੰ ਕੀ ਚਾਹੀਦਾ ਸੀਗਾ ਸ਼ਾਂਤੀ ਵਾਲੀ ਲਾਈਫ ਚਾਹੀਦੀ ਸੀ ਠੀਕ ਆ ਕੰਮ ਜੀ ਹੋਵੇ ਆਰਾਮ ਹੋਵੇ ਦਿਮਾਗ 'ਚ ਬੜਾ ਬੋਝ ਨਾ ਹੋਵੇ ਬੜਾ ਪ੍ਰੈਸ਼ਰ ਨਾ ਹੋਵੇ ਕੰਮ ਦਾ ਉਹਦੇ ਨਾਲ ਕੀ ਚਾਹੀਦਾ ਸੀਗਾ ਮੇਰੇ ਉੱਤੇ ਕੋਈ ਬੌਸ ਨਹੀਂ ਹੋਣਾ ਚਾਹੀਦਾ ਤਾਂ ਜੇ ਤੁਸੀਂ ਮਤਲਬ ਵੀ ਕਨਫਿਊਜ਼ਡ ਹੋ ਨਾ ਵੀ ਤੁਸੀਂ ਜ਼ਿੰਦਗੀ 'ਚ ਕਰਨਾ ਕੀ ਆ ਨਾ ਸਭ ਤੋਂ ਪਹਿਲਾਂ ਦੇਖੋ ਵੀ ਤੁਹਾਨੂੰ ਜ਼ਿੰਦਗੀ ਚਾਹੀਦੀ ਕਹੀ ਚੀਜ਼ ਆ ਠੀਕ ਆ ਵੀ ਤੁਹਾਨੂੰ ਕੀ ਕੁਝ ਚਾਹੀਦਾ ਤੇ ਫੇਰ ਉਹ ਕੰਮਾਂ ਦੀ ਲਿਸਟ ਬਣਾਓ ਵੀਰ ਕਿਹੜੇ ਕੰਮ ਤੁਹਾਨੂੰ ਉਹ ਜ਼ਿੰਦਗੀ ਦੇ ਸਕਦੇ ਨੇ ਤਾਂ ਮੈਨੂੰ ਪੈਸਾ ਚਾਹੀਦਾ ਸੀਗਾ ਤਾਂ ਮੈਂ ਬਹੁਤ ਥੱਕੇ ਖਾਦੇ ਇੱਧਰ ਉੱਧਰ ਚੀਜ਼ਾਂ ਕੀਤੀਆਂ ਥੱਕਾ ਕਦੇ ਸਟਾਕ ਮਾਰਕੀਟ 'ਚ ਦੇਖਿਆ ਕਦੇ ਫਿਟਨੈਸ ਵਾਲੇ ਫੀਲਡ 'ਚ ਦੇਖਿਆ ਕਦੇ ਹੋਰ ਚੀਜ਼ਾਂ 'ਚ ਦੇਖਿਆ ਤਾਂ ਕਰਦੇ ਕਰਾਉਂਦੇ ਇੱਕ ਦਿਨ ਫਾਦਰ ਸਾਹਿਬ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਵੀ ਆਏ ਆਏ ਹੁੰਦਾ ਮੈਸਾਂ ਦਾ ਦੁੱਧ ਇਹ ਜਾਂਦਾ ਹੋ ਜਾਂਦਾ ਤਾਂ ਮੈਂ ਇਹ ਕਾਫੀ ਵੀਡੀਓ 'ਚ ਦੱਸਿਆ ਹੋਇਆ ਹੈ ਡਿਟੇਲਸ 'ਚ ਨਹੀਂ ਆਉਂਗਾ ਤਾਂ ਮੈਨੂੰ ਡੇਰੀ ਫਾਰਮਿੰਗ 'ਚ ਬਹੁਤ ਸਕੋਪ ਲੱਗਿਆ ਠੀਕ ਹੈ ਮੈਨੂੰ ਆਇਆ ਸੀਗਾ ਯਾਰ ਇਹ ਵੀ ਬਹੁਤ ਪੈਸੇ ਵਾਲੀ ਕੰ ਪੈਸੇ ਨਾਲ ਤਾਂ ਮੈਨੂੰ ਵੈਸੇ ਵੀ ਮਤਲਬ ਹੀ ਸੀਗਾ ਵੀ ਪੈਸਾ ਬਣਾਉਣਾ ਵਧੀਆ ਤਾਂ ਉਹੀ ਆ ਕਰਦੇ ਕਰਾਉਂਦੇ ਚ ਡੇਰੀ ਫਾਰਮਿੰਗ ਚ ਵਧੀਆ ਸਕੋਪ ਲੱਗਿਆ ਤੇ ਲਾਅ ਮੈਂ ਤਾਂ ਨਹੀਂ ਪਰਸਿਊ ਕੀਤੀ ਲਾਅ ਚ ਮੈਂ ਅੱਗੇ ਤਾਂ ਨਹੀਂ ਗਿਆ ਕਿਉਂਕਿ ਬਹੁਤ ਪ੍ਰੈਸ਼ਰ ਆਇਆ ਪ੍ਰੈਸ਼ਰ ਵਾਲੀ ਜੌਬ ਆਇਆ ਮਤਲਬ ਜੇ ਤੁਸੀਂ ਜੱਜ ਵੀ ਲੱਗਦੇ ਹੋ ਤਾਂ ਵੀ ਤੁਹਾਡੀ ਮਤਲਬ ਵੀ ਰੋਜ਼ ਤੁਸੀਂ ਜਿੰਨੇ ਕੇਸ ਤੁਹਾਡੇ ਕੋਲ ਲੱਗਣੇ ਨੇ ਕੋਰਟ ਚ ਠੀਕ ਆ ਉਹ ਪ੍ਰਿਪੇਅਰ ਕਰਕੇ ਜਾਣੇ ਨੇ ਪ੍ਰਿਪੇਅਰ ਕਰਕੇ ਮਤਲਬ ਵੀ ਤੁਸੀਂ ਫਾਈਲਾਂ ਪੜ੍ਹ ਕੇ ਜਾਣੀਆਂ ਨੇ ਕਿਉਂਕਿ ਤਾਂ ਹੀ ਤੁਸੀਂ ਕਿਸੇ ਕੋ ਮਤਲਬ ਕਿ ਕੇਸ 'ਚ ਫੈਸਲਾ ਦੇ ਸਕਦੇ ਹੋ ਨਾ ਜੇ ਤੁਹਾਨੂੰ ਫਾਈਲਾਂ ਪੜ੍ਹੀਆਂ ਹੋਈਆਂ ਨੇ ਜੇ ਤੁਹਾਨੂੰ ਪਤਾ ਵੀ ਅੱਜ ਤੁਹਾਡੇ ਕੋਲ ਕਿਹੜਾ ਕੇਸ ਆ ਰਿਹਾ ਤਾਂ ਉਹ ਸਾਰੀ ਉਮਰ ਤੁਹਾਨੂੰ ਪੜ੍ਹਨਾ ਪੈਣਾ ਸਾਰੀ ਉਮਰ ਤੁਹਾਨੂੰ ਫਾਈਲਾਂ ਦੇਖਣੀਆਂ ਪੈਣੀਆਂ ਨੇ ਜੇ ਲਾਇਰ ਬਣਦੇ ਹੋ ਤਾਂ ਵੀ ਤੁਹਾਨੂੰ ਸਾਰੀ ਉਮਰ ਕੰਮ ਕਰਨਾ ਪੈਣਾ ਸਾਰੀ ਉਮਰ ਇਹ ਹੀ ਕਰਨਾ ਪੈਣਾ ਫਾਈਲਾਂ ਨਾਲ ਮਤਲਬ ਵੀ ਕੋਲ ਨਾ ਪੈਣਾ ਬੜ ਜੇ ਤੁਸੀਂ ਆਪਣਾ ਬਿਜ਼ਨਸ ਕਰਦੇ ਹੋ ਤੁਸੀਂ ਡੈਲੀਗੇਟ ਕਰ ਸਕਦੇ ਹੋ ਠੀਕ ਆ ਥੋੜੇ ਸਮਾਂ ਆਪ ਕੰਮ ਕਰਕੇ ਤੁਸੀਂ ਆਪਣੇ ਸਾਰੇ ਕੰਮਾਂ ਵਾਸਤੇ ਵਰਕਰਸ ਰੱਖ ਸਕਦੇ ਹੋ ਮੈਨੇਜਰਸ ਰੱਖ ਸਕਦੇ ਹੋ ਬੰਦੇ ਲੈ ਕੇ ਆ ਸਕਦੇ ਹੋ ਤੇ ਤੁਸੀਂ ਡੈਲੀਗੇਟ ਕਰ ਸਕਦੇ ਹੋ ਤੁਸੀਂ ਐ ਵੀ ਕਰ ਸਕਦੇ ਹੋ ਵੀ ਥੋੜੇ ਸਮਾਂ ਆਪ ਕੰਮ ਕਰੋ ਫਿਰ ਤੁਹਾਨੂੰ ਕੋਈ ਕੰਮ ਨਾ ਕਰਨਾ ਪਵੇ ਤੇ ਬਿਜ਼ਨਸ ਚੱਲ ਰਿਹਾ ਹੋਵੇ ਸਿਰਫ ਤੁਹਾਡੇ ਦਿਮਾਗ ਵਾਲਾ ਕੰਮ ਹੋਵੇ ਤਾਂ ਬਿਜ਼ਨਸ ਦੀ ਲਾਈਫਸਟਾਈਲ ਮੈਨੂੰ ਜਿਆਦਾ ਵਧੀਆ ਲੱਗਦੀ ਸੀਗੀ ਇਧਰ ਨਾਲੋਂ ਕਿਉਂਕਿ ਮੈਨੂੰ ਆਏ ਨਹੀਂ ਸੀਗਾ ਯਾਰ ਵੀ ਮੈਂ ਸਾਰੀ ਉਮਰ ਨਹੀਂ ਕੰਮ ਕਰਨਾ ਮੈਨੂੰ ਆਏ ਸੀਗਾ ਥੋੜੇ ਸਾਲ ਝੱਟ ਮਾਰਨੀ ਆ ਵਧੀਆ ਝੱਟ ਮਾਰਨੀ ਆ ਫਿਰ ਆਟੋਮੈਟਿਕ ਕਰਕੇ ਆਟੋ ਪਾਇਲਟ ਤੇ ਲਾ ਕੇ ਬਿਜ਼ਨਸ ਆਪਣਾ ਥੋੜਾ ਰਿਲੈਕਸ ਹੋ ਕੇ ਜੀਵਾਂਗੇ ਤੇ ਪਿੰਡ ਦੀ ਲਾਈਫ ਬਹੁਤ ਸ਼ਾਂਤੀ ਵਾਲੀ ਲਾਈਫ ਆ ਯਾਰ ਕੰਮ ਜੀਆ ਪ੍ਰੈਸ਼ਰ ਨਹੀਂ ਹੈਗਾ ਕੈਂਟ ਲਾਈਫ ਆ ਤੇ ਇਹ ਲਾਈਫ ਮੈਨੂੰ ਜਿਆਦਾ ਪਸੰਦ ਆਉਂਦਾ ਤਾਂ ਕਰਕੇ ਲੋ ਤੋਂ ਬਾਅਦ ਉਹੀ ਕੈਰੀਅਰ ਸੀਗੇ ਸ਼ਹਿਰਾਂ ਵਾਲੇ ਠੀਕ ਆ ਵਕਾਲਤ ਕਰ ਸਕਦੇ ਸੀਗੇ ਜਾਂ ਜੁਡੀਸ਼ਰੀ ਦੇ ਪੇਪਰ ਦੇ ਸਕਦੇ ਸੀਗੇ ਜਾਂ ਮਤਲਬੀ ਉਹ ਕਰ ਸਕਦੇ ਸੀਗੇ ਦੂਜੀ ਕੰਪੀਟੀਟਿਵ ਪੇਪਰ ਦੇ ਸਕਦੇ ਸੀਗੇ ਯੂਪੀਐਸਸੀ ਵਗੈਰਾ ਹੋਰ ਚੀਜ਼ਾਂ ਤਾਂ ਮੈਨੂੰ ਸਟਾਰਟਿੰਗ 'ਚ ਹੁੰਦਾ ਸੀਗਾ ਕਦੇ-ਕਦੇ ਵੀ ਕਰ ਲਾਂਗੇ ਉਹ ਚੀਜ਼ ਬੜੇ ਮੈਂ ਤਾਂ ਹੋਣੀ ਨਹੀਂ ਸੀਗੀ ਉਹ ਤੇ ਜੇ ਮੈਂ ਉਹ ਕਰਦਾ ਉਹ ਚੀਜ਼ ਮੈਂ ਖੁਸ਼ ਨਹੀਂ ਰਹਿਣਾ ਸੀਗਾ ਜਿੰਨੀ ਮਰਜ਼ੀ ਟੌਰ ਸੀਗੀ ਜਿੰਨਾ ਮਰਜ਼ੀ ਪੈਸਾ ਹੁੰਦਾ ਲੇਖ ਮੈਂ ਇਹ ਨਹੀਂ ਕਹਿੰਦਾ ਵੀ ਲਾਅ ਮਾੜੀ ਚੀਜ਼ ਆ ਠੀਕ ਆ ਤੁਸੀਂ ਲਾਇਰ ਬਣ ਕੇ ਵੀ ਬਹੁਤ ਪੈਸਾ ਕਮਾ ਸਕਦੇ ਹੋ ਲਾਈਕ ਲੱਖਾਂ ਚ ਕਰੋੜਾਂ ਚ ਕਮਾਉਂਦੇ ਨੇ ਲਾਇਰ ਪੈਸਾ ਠੀਕ ਆ ਮਿਹਨਤ ਹਰ ਫੀਲਡ ਚ ਲੱਗਦੀ ਆ ਤੇ ਲਾਅ ਚ ਵੀ ਲੱਗਦੀ ਆ ਤੇ ਲਾਇਰ ਬਣ ਚ ਵੀ ਬਹੁਤ ਮਿਹਨਤ ਲੱਗਦੀ ਆ ਬਿਜ਼ਨਸ ਖੜਾ ਕਰਨ ਚ ਵੀ ਬਹੁਤ ਮਿਹਨਤ ਲੱਗਦੀ ਆ ਇਕੁਅਲ ਮਿਹਨਤ ਲੱਗਦੀ ਆ ਮੈਂ ਇਹ ਨਹੀਂ ਕਹਿੰਦਾ ਵੀ ਬਿਜ਼ਨਸ ਛੇਤੀ ਖੜਾ ਹੋ ਜਾਂਦਾ ਲਾਅ ਕੀ ਆ ਮੈਂ ਇਹ ਨਹੀਂ ਕ ਸਾਰੇ ਇਹ ਚੀਜ਼ਾਂ ਆਪਣੇ ਆਪਣੇ ਮਤਲਬ ਵੀ ਫੀਲਡ 'ਚ ਔਖੀਆਂ ਨੇ ਠੀਕ ਹੈ ਇੰਨਾ ਸੌਕਾ ਹੋਣਾ ਤਾਂ ਹਰ ਕੋਈ ਕਰ ਲੈਂਦਾ ਟੌਪ ਤੇ ਬੈਠਣਾ ਇੰਨਾ ਸੌਕਾ ਨਹੀਂ ਹੈਗਾ ਤਾਂ ਟੌਪ ਦੇ ਲਾਇਰਸ ਵੀ ਬਹੁਤ ਪੈਸਾ ਕਮਾਉਂਦੇ ਨੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਤਾਂ ਬੜ ਮੇਰਾ ਸਿਰਫ ਪੈਸੇ ਨਾਲ ਮਤਲਬ ਨਹੀਂ ਸੀਗਾ ਠੀਕ ਹੈ ਮੈਨੂੰ ਸ਼ਾਂਤੀ ਵਾਲੀ ਜ਼ਿੰਦਗੀ ਵੀ ਚਾਹੀਦੀ ਆ ਮੈਨੂੰ ਇੰਨਾ ਪ੍ਰੈਸ਼ਰ ਵੀ ਨਹੀਂ ਚਾਹੀਦਾ ਜ਼ਿੰਦਗੀ 'ਚ ਮੈਨੂੰ ਮਤਲਬ ਹੀ ਆਏ ਹੋਣਾ ਚਾਹੀਦਾ ਵੀ ਮੇਰੀ ਲਾਈਫ ਮੇਰੇ ਤੇ ਡਿਪੈਂਡ ਕਰੇ ਠੀਕ ਆ ਹੁਣ ਮੇਰਾ ਕੋਈ ਬੌਸ ਨਹੀਂ ਹੈਗਾ ਮੈਨੂੰ ਕੋਈ ਆ ਕੇ ਇਹ ਨਹੀਂ ਕਹਿ ਸਕਦਾ ਵੀ ਤੂੰ ਇਹ ਕੰਮ ਨਹੀਂ ਕੀਤਾ ਮੇਰਾ ਜੀ ਕਰੂਗਾ ਮੈਂ ਕਰ ਲੂੰਗਾ ਮੇਰਾ ਜਿੱਡਾ ਕਿ ਸੁਪਨਾ ਮੈਂ ਉਨੀ ਕੁ ਮਿਹਨਤ ਕਰ ਲੂੰਗਾ ਠੀਕ ਆ ਲਾਅ ਚ ਆਪਣੇ ਉੱਤੇ ਮਤਲਬ ਵੀ ਆਏ ਹੁੰਦਾ ਜੇ ਆਪਾਂ ਕਿਸੇ ਵਕੀਲ ਦੇ ਥੱਲੇ ਕੰਮ ਕਰਦੇ ਆ ਪ੍ਰੈਸ਼ਰ ਹੁੰਦਾ ਉਹ ਕੰਮ ਦਿੰਦਾ ਫਾਈਲਾਂ ਪੜ੍ਹਨੀਆਂ ਪੈਂਦੀਆਂ ਹੋਰ ਕਰਨਾ ਪੈਂਦਾ ਤਾਂ ਉਹ ਚੀਜ਼ਾਂ ਨੇ ਤਾਂ ਤੁਸੀਂ ਦੇਖੋ ਵੀ ਤੁਸੀਂ ਤੁਹਾਨੂੰ ਲਾਈਫ ਕਹੀ ਚਾਹੀਦੀ ਆ ਮੇਨ ਚੀਜ਼ ਠੀਕ ਆ ਵੀ ਤੁਹਾਨੂੰ ਚਾਹੀਦਾ ਕੀ ਆ ਵੀ ਤੁਸੀਂ ਜਿਹੜੇ ਰਾਹਤੇ ਤੇ ਤੁਰ ਰਹੇ ਹੋ ਇਹ ਤੁਹਾਨੂੰ ਉਹ ਲਾਈਫ ਵੱਲ ਲੈ ਕੇ ਜਾਊਗੀ ਜਿਹੜੀ ਤੁਹਾਨੂੰ ਚਾਹੀਦੀ ਹੈ ਕਿ ਨਹੀਂ ਚਾਹੀਦੀ ਜੇ ਨਹੀਂ ਲੈ ਕੇ ਜਾਊਗੀ ਫਿਰ ਆਪਾਂ ਕਿਉਂ ਤੁਰ ਰਹੇ ਆਂ ਰਾਹਤੇ ਤੇ ਠੀਕ ਹੈ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕਾਸ਼ ਲੌਗ ਨਾ ਕਰਦਾ ਮੈਂ ਪਹਿਲਾਂ ਡੇਰੀ ਫਾਰਮ ਸਟਾਰਟ ਕਰ ਲਿਆ ਨਾ ਹੋਰ ਮੈਨੂੰ ਆਪਣੀ ਲਾਈਫ ਬਹੁਤ ਘੈਂਡ ਲੱਗਦੀ ਹੈ ਮੈਨੂੰ ਜਿਹੜੇ ਦੋਸਤ ਮਿਲੇ ਆਪਣੀ ਜਰਨੀ 'ਚ ਹੋਰ ਮਿਲੇ ਉਹ ਚੀਜ਼ਾਂ ਨਹੀਂ ਹੋਣੀਆਂ ਸੀ ਜਿਵੇਂ ਲੌਗ ਨਾ ਕਰਦਾ ਤਾਂ ਮੈਂ ਉਹ ਚੀਜ਼ਾਂ ਲਈ ਵੀ ਬਹੁਤ థੈਂਕਫੁਲ ਆ ਤੇ ਜਿਹੜੀ ਨੌਲੇਜ ਮਿਲੀ ਜਿਹੜਾ ਐਕਸਪੋਜ਼ਰ ਮਿਲਿਆ ਉਹ ਵੀ ਚੀਜ਼ਾਂ ਬਹੁਤ ਵਧੀਆ ਨੇ ਤਾਂ ਲਾ ਕਰਨਾ ਇੱਕ ਮਾੜਾ ਡਿਸੀਜਨ ਨਹੀਂ ਸੀਗਾ ਬਟ ਲਾ ਕਰਕੇ ਉਹ ਤੋਂ ਬਾਅਦ ਰਾਸਤਾ ਚੇਂਜ ਕਰਨਾ ਪਈ ਵਟ ਕਰਨਾ ਠੀਕ ਆ ਉਹ ਬਹੁਤ ਵਧੀਆ ਡਿਸੀਜਨ ਸੀਗਾ ਹੁਣ ਕਈ ਵਾਰ ਨਾ ਲੋਕ ਡਰਦੇ ਹੁੰਦੇ ਨੇ ਸੋਸਾਇਟੀ ਤੋਂ ਪੇਰੈਂਟਸ ਤੋਂ ਵੀ ਲੋਕ ਕੀ ਕਹਿਣਗੇ ਵੀ ਲਾ ਕਰਕੇ ਮੈਸਾ ਚ ਵੱਡ ਗਿਆ ਹੋਰ ਮੈਨੂੰ ਵੀ ਲੱਖਾਂ ਲੋਕਾਂ ਨੇ ਲੱਖਾਂ ਚੀਜ਼ਾਂ ਕਹੀਆਂ ਨੇ ਠੀਕ ਆ ਬਟ ਮੇਰੀ ਲਾਈਫ ਆ ਯਾਰ ਜੇ ਮੈਂ ਸੁਖੀ ਨਹੀਂ ਹੈਗਾ ਮੈਂ ਖੁਸ਼ ਨਹੀਂ ਹੈਗਾ ਫਿਰ ਮੈਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਆਪਣੀ ਲਾਈਫ ਕਿਉਂ ਚੇਂਜ ਕਰਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਮੈਂ ਦੁਖੀ ਕਿਉਂ ਰਹਾ ਠੀਕ ਹੈ ਜੇ ਮੈਂ ਖੁਸ਼ ਆ ਤੇ ਸਿਰਫ ਮੇਰੇ profession ਕਰਕੇ ਕਿਸੇ ਨੂੰ ਮਾੜਾ ਲੱਗ ਰਿਹਾ ਲੱਗੀ ਜਾਣ ਲੈ ਕੋਈ ਚੱਕਰ ਨਹੀਂ ਮੇਰਾ ਤਾਂ ਕੋਈ ਲੈਣ ਦੇਣਾਂ ਨਹੀਂ ਨਾ ਉਹ ਚੀਜ਼ ਨਾਲ ਜੇ ਕਿਸੇ ਨੂੰ ਲੱਗ ਰਿਹਾ ਵੀ ਉਹਨੂੰ ਸ਼ਰਮ ਆਉਂਦੀ ਆ ਇਹ ਕਹਿੰਦੇ ਵੀ ਸਾਡਾ ਰਿਸ਼ਤੇਦਾਰ ਆ ਇਹ ਹੋਰ ਆ ਹੀ ਜਾਣਦੇ ਠੀਕ ਆ ਕੋਈ ਬੜੀ ਗੱਲ ਨਹੀਂ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਪ੍ਰਾਇਓਰਟੀ ਆਪਣੀ ਹੈਲਥ ਹੋਣੀ ਚਾਹੀਦੀ ਹੈ ਆਪਣੀ ਮੈਂਟਲ ਹੈਲਥ ਹੋਣੀ ਚਾਹੀਦੀ ਹੈ ਆਪਣੀ ਖੁਸ਼ੀ ਹੋਣੀ ਚਾਹੀਦੀ ਹੈ ਵੀ ਉਹ ਕੰਮ ਦੇਖੋ ਜਿੱਚ ਤੁਸੀਂ ਖੁਸ਼ ਹੋਵੋ ਤੇ ਉਹ ਕੰਮ ਤੁਹਾਨੂੰ ਉਹ ਲਾਈਫ ਵੀ ਦੇਵੇ ਜਿਹੜੀ ਤੁਹਾਨੂੰ ਚਾਹੀਦੀ ਆ ਠੀਕ ਆ ਸਿਰਫ ਖੁਸ਼ੀ ਵੀ ਨਹੀਂ ਦੇਖਣੀ ਤਿੰਨ ਚਾਰ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਇਹ ਵੀ ਦੇਖਣਾ ਵੀ ਜਿਹੜੇ ਤੁਹਾਡੇ ਸੁਪਨੇ ਨੇ ਜਿਹੀ ਜੀ ਤੁਹਾਨੂੰ ਲਾਈਫ ਚਾਹੀਦੀ ਆ ਵੀ ਉਹ ਲਾਈਫ ਹੋ ਤੁਹਾਨੂੰ ਕੰਮ ਦੇ ਸਕਦਾ ਕਿ ਨਹੀਂ ਹੋਰ ਆਪਾਂ ਆਪਣਾ ਪੈਸ਼ਨ ਫੋਲੋ ਕਰਨ ਲੱਗੇ ਪਰ ਜੇ ਉਹ ਜੀ ਪੈਸਾ ਹੋਵੇ ਨਾ ਤੇ ਆਪਣਾ ਘਰ ਵੀ ਨਾ ਚੱਲੇ ਹੋਰ ਵੀ ਨਾ ਹੋਵੇ ਤੰਗੀਆਂ ਹੁਣ ਉਹ ਵੀ ਕੋਈ ਵਧੀਆ ਲਾਈਫ ਨਹੀਂ ਹੈਗੀ ਠੀਕ ਹੈ ਤਾਂ ਤਿੰਨ ਚਾਰ ਚੀਜ਼ਾਂ ਦੇਖੋ ਵੀ ਕਹੇ ਜੀ ਲਾਈਫ ਚਾਹੀਦੀ ਆ ਤੇ ਉਹ ਕੰਮ ਕਰਦੇ ਹੋਏ ਤੁਸੀਂ ਤੰਗ ਨਾ ਹੋਵੋ ਦੁਖੀ ਨਾ ਹੋਵੋ ਤਾਂ ਉਹ ਚੀਜ਼ ਚੂਜ਼ ਕਰੋ ਮਤਲਬ ਇਹ ਹਾਂ ਇਹਨਾਂ ਸੌਖਾ ਨਹੀਂ ਹੈਗਾ ਠੀਕ ਆ 10 ਚੀਜ਼ਾਂ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਕਿਹੜੀ ਚੀਜ਼ 'ਚ ਤੁਹਾਨੂੰ ਪਿਆਰ ਆ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਆ ਮੈਂ ਕਾਫੀ ਚੀਜ਼ਾਂ ਟਰਾਈ ਕੀਤੀਆਂ ਡੈਰੀ ਫਾਰਮਿੰਗ ਵੀ ਹੁਣ ਟਰਾਈ ਕੀਤੀ ਆ ਤੇ ਇਹ ਮੈਨੂੰ ਸੂਟ ਆ ਗਈ ਇਹ ਮੈਨੂੰ ਵਧੀਆ ਲੱਗ ਗਈ ਤੇ ਇਸਕੋਪ ਵੀ ਬਹੁਤ ਆ ਲਾਈਕ ਫਾਰਮਿੰਗ ਚ ਡੈਰੀ ਫਾਰਮਿੰਗ ਚ ਬਹੁਤ ਸਕੋਪ ਆ ਜਿਹਨੂੰ ਆਪ ਐਜ਼ ਅ ਬਿਜ਼ਨਸ ਸਮਝ ਕੇ ਕਰੀਏ ਤੇ ਇਹਨੂੰ ਵੱਡੇ ਲੈਵਲ ਤੇ ਲੈ ਕੇ ਜਾਈਏ ਤੇ ਇਹ ਮੈਨੂੰ ਕਰਕੇ ਹੀ ਪਤਾ ਲੱਗਿਆ ਤਾਂ ਉਹੀ ਆ ਤੁਸੀਂ ਦੇਖੋ ਵੀ ਤੁਸੀਂ ਕਿਹੜੀ ਚੀਜ਼ ਕਰ ਸਕਦੇ ਹੋ ਜਿਹੜੀ ਤੁਹਾਨੂੰ ਤੁਹਾਡੀ ਮਤਲਬ ਵੀ ਜਾਈ ਜੀ ਲਾਈਫ ਚਾਹੀਦੀ ਉਹ ਵੀ ਦਵੇ ਤੇ ਤੁਸੀਂ ਖੁਸ਼ ਵੀ ਰਹੋ ਠੀਕ ਹੈ ਤੇ ਉਹ ਚੂਸ ਕਰਕੇ ਫਿਰ ਆਪਣਾ ਕੰਮ ਸਟਾਰਟ ਕਰ ਦੋ ਉਹ ਤੋਂ ਬਾਅਦ 10 ਸਾਲ ਦੀ ਗੇਮ ਸਮਝ ਕੇ ਖੇਡਿਓ ਹਰ ਚੀਜ਼ ਨੂੰ 10 ਸਾਲ ਤੋਂ ਤੁਸੀਂ ਐਂ ਸੋਚੋ ਵੀ ਬਹੁਤ ਮਿਹਨਤ ਕਰਨੀ ਪਊਗੀ ਉਹ ਤੋਂ ਬਾਅਦ ਥੋੜੀ ਆਰਾਮਦਾਇਕ ਜ਼ਿੰਦਗੀ ਮਿਲੂਗੀ ਜੇ ਆਪਾਂ ਸੋਚਦੇ ਆਂ ਵੀ ਬਸ ਹੁਣ ਕੰਮ ਕਰ ਲਾ ਸਟਾਰਟ ਕੀਤਾ ਹੋਵੇ 1 ਸਾਲ ਚ ਮੈਨੂੰ ਬਹੁਤ ਮਤਲਬੀ ਘੈਂਡ ਜ਼ਿੰਦਗੀ ਮਿਲ ਜੇ ਉਹ ਕਿਸੇ ਕੰਮ ਚ ਨਹੀਂ ਹੋਣਾ ਮਿਹਨਤ ਹਰ ਕੰਮ ਚ ਕਰਨੀ ਪੈਣੀ ਹੈ ਡੇਰੀ ਫਾਰਮਿੰਗ ਚ ਵੀ ਬਹੁਤ ਮਿਹਨਤ ਆ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਬਟ ਮੈਂ ਇਹਨੂੰ ਕਰਦਾ ਹੋਇਆ ਆਇ ਨਹੀਂ ਹੁੰਦਾ ਮੈਨੂੰ ਵੀ ਯਾਰ ਮੈਂ ਕਿੱਥੇ ਫਸ ਗਿਆ ਵੀ ਮੈਂ ਇਹ ਚੀ ਮੈਨੂੰ ਤੱਕੇ ਨਾਲ ਨਹੀਂ ਕਰਨਾ ਪੈਂਦਾ ਮੈਂ ਖੁਸ਼ ਹੋ ਕੇ ਕਰਦਾ ਤਾਂ ਮੇਰੀ ਲਾਈਫ ਹੁਣ ਘੈਂਟ ਆ ਤਾਂ ਤਾਂ ਹੀ ਮੈਂ ਲਾਅ ਤੋਂ ਬਾਅਦ ਲਾਅ ਨੂੰ ਐਜ਼ ਅ ਕੈਰੀਅਰ ਨਹੀਂ ਪਰਸੂ ਕੀਤਾ ਕਿਉਂਕਿ ਮੈਨੂੰ ਉਹ ਲਾਈਫ ਸਟਾਈਲ ਵਧੀਆ ਨਹੀਂ ਲੱਗਦਾ ਸੀ ਮੈਨੂੰ ਉਹ ਜ਼ਿੰਦਗੀ ਵਧੀਆ ਨਹੀਂ ਲੱਗਦੀ ਸੀ ਤੇ ਮੈਂ ਉਹ ਜੀ ਕੇ ਨਹੀਂ ਖੁਸ਼ ਹੋਣਾ ਸੀਗਾ ਤਾਂ ਆਪਣੀ ਖੁਸ਼ੀ ਕਰਕੇ ਮੈਂ ਉਧਰ ਗਿਆ ਸੀ ਕੈਰੀਅਰ ਨਹੀਂ ਪਰਸੂ ਕੀਤਾ ਤਾਂ ਇਹ ਆਪਣੀ ਅੱਜ ਦੀ ਵੀਡੀਓ ਸੀ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮਚੀ ਥੈਂਕ ਯੂ